ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਜਿਉਂ-ਜਿਉਂ ਵੋਟਾਂ ਪੈਣ ਦੀ ਤਰੀਕ ਨੇੜੇ ਆ ਰਹੀ ਹੈ, ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ-ਵੱਡੇ ਧਮਾਕੇ ਹੋ ਰਹੇ ਨੇ। ਬੀਤੇ ਦਿਨ ਬੈਂਸ ਭਰਾਵਾਂ ਨੇ ਆਪਣੀ ਲੋਕ ਇਨਸਾਫ ਪਾਰਟੀ ਖਤਮ ਕਰਕੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਸੀ ਅਤੇ ਉਸ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਇਸ ਮਸਲੇ ਨੂੰ ਲੈ ਕੇ, ਘਟਨਾਕ੍ਰਮ ਨੂੰ ਲੈ ਕੇ ਤੇਜ਼ ਹੁੰਦੀ ਦਿਖਾਈ ਦਿੰਦੀ ਹੈ। ਬੈਂਸ ਭਰਾਵਾਂ ਦੇ ਵੱਲੋਂ ਜੋ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ, ਉਸ ਦੇ ਨਾਲ ਨਿਸ਼ਚਿਤ ਹੀ ਲੁਧਿਆਣੇ ਦੇ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲਦੀ ਨਜ਼ਰ ਆ ਰਹੀ ਹੈ ਅਤੇ ਵਿਰੋਧੀਆਂ ਦੇ ਵੱਲੋਂ ਇਸ ਸ਼ਮੂਲੀਅਤ ਨੂੰ ਲੈ ਕੇ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਜਾਣ ਲੱਗ ਪਈਆਂ ਨੇ। ਗੱਲ ਜੇਕਰ ਸੱਤਾ ਧਿਰ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਅਸ਼ੋਕ ਪੱਪੀ ਪਰਾਸ਼ਰ ਦੇ ਵੱਲੋਂ ਇਸ ਜੁਆਇਨਿੰਗ ਨੂੰ ਲੈ ਕੇ ਇੱਕ ਵੱਡੀ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਹੈ। ਪੱਪੀ ਪਰਾਸ਼ਰ ਨੇ ਤਾਂ ਮੁਹੱਲੇ ਦੀ ਰਾਜਨੀਤੀ ਆਖ ਦਿੱਤਾ ਹੈ, ਬੈਂਸ ਭਰਾਵਾਂ ਦੀ ਰਾਜਨੀਤੀ ਨੂੰ। ਪੱਪੀ ਪਰਾਸ਼ਰ ਨੇ ਆਖਿਆ ਆਮ ਆਦਮੀ ਪਾਰਟੀ ਦੇ ਵੱਲੋਂ 2022 ਦੇ ਵਿੱਚ ਹੀ ਇਹ ਮੁਹੱਲੇ ਦੀ ਪਾਰਟੀ ਖਤਮ ਕਰ ਦਿੱਤੀ ਗਈ ਸੀ। ਦੇਖੋ ਮੁਹੱਲੇ ਦੀ ਰਾਜਨੀਤੀ ਖਤਮ ਹੋ ਚੁੱਕੀ, ਕੁਲਵੰਤ ਸਿੱਧੂ ਨੇ ਤੇ ਸ਼ੀਨਾ ਮੈਡਮ ਨੇ ਪਹਿਲਾਂ ਹੀ ਖਤਮ ਕਰਤੀ ਸੀ। ਇਹ ਮੁਹੱਲੇ ਦੀ ਰਾਜਨੀਤੀ ਨਹੀਂ ਚੱਲਣੀ, ਇਹ ਦਿੱਲੀ ਦਾ ਕੰਮ ਆ। ਜਿਨ੍ਹਾਂ 'ਚ ਸ਼ਾਮਿਲ ਹੋਏ ਆ ਉਹ 10 ਸਾਲ ਪਹਿਲਾਂ ਉਹਨਾਂ ਦੇ ਉਸੇ ਪਾਰਟੀ ਦਾ ਇੱਕ ਕੈਂਡੀਡੇਟ ਉਹ ਲੁਧਿਆਣੇ ਦੀ ਆਵਾਜ਼ ਦੀ ਚੱਕ ਕੇ ਗਿਆ, ਇਹ ਕੀ ਕਰੂਗੇ ਹੁਣ। ਜਲੰਧਰ BJP 'ਚ ਸ਼ਾਮਿਲ ਹੋ ਗਏ ਸੀ, ਇੱਥੇ ਲੁਧਿਆਣੇ ਅੱਜ ਕਾਂਗਰਸ 'ਚ ਸ਼ਾਮਿਲ ਹੋ ਗਏ। ਇਹ ਮੁਹੱਲੇ ਦੀਆਂ ਰਾਜਨੀਤੀਆਂ ਲੋਕ ਜਾਣਦੇ ਆ, ਇਹ ਦਿੱਲੀ ਦਾ ਲੁਧਿਆਣੇ ਅਤੇ ਪੰਜਾਬ ਦੀ ਆਵਾਜ਼ ਆ। 13-0 ਹੋਣ ਜਾ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਦੀ। ਆਮ ਆਦਮੀ ਪਾਰਟੀ ਤੋਂ ਇਲਾਵਾ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਉਮੀਦਵਾਰ ਰਣਜੀਤ ਢਿੱਲੋਂ ਦੇ ਵੱਲੋਂ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਜਦੋਂ ਬੈਂਸਾਂ ਦੇ ਬਾਰੇ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਆਖਿਆ ਇਹ ਪਹਿਲਾਂ ਹੀ ਕਾਂਗਰਸੀ ਸਨ, ਬਸ ਇਹਨਾਂ ਨੇ ਮੁਖੌਟਾ ਹੀ ਹੋਰ ਪਾਇਆ ਸੀ। ਕਿਵੇਂ ਤਿੱਖਾ ਵਾਰ ਕੀਤਾ ਇਹ ਰਣਜੀਤ ਢਿੱਲੋਂ ਨੇ ਬੈਂਸ ਭਰਾਵਾਂ ਤੇ, ਸੁਣ ਲਓ। ਦੇਖੋ ਇੱਕ ਵੱਡੀਆਂ ਆਦਰਸ਼ਵਾਦੀ ਗੱਲਾਂ ਕਰਿਆ ਕਰਦੇ ਸੀ, ਪੰਜਾਬ ਦਾ ਪਾਣੀ ਲੁੱਟ ਲਿਆ ਕਾਂਗਰਸ ਨੇ ਜੀ, ਪੰਜਾਬ 'ਤੇ ਹਮਲਾ ਕਰਤਾ ਜੀ ਕਾਂਗਰਸ ਨੇ ਦਰਬਾਰ ਸਾਹਿਬ ਢਾ ਦਿੱਤਾ ਜੀ, 84 ਦੇ ਵਿੱਚ ਸਾਡੇ ਦੰਗੇ ਕਰਾ ਦਿੱਤੇ ਜੀ, ਵੱਡੀਆਂ ਗੱਲਾਂ ਕਰਿਆ ਕਰਦੇ ਸੀ। ਹੁਣ ਜਿਹੜੀ ਨਾ ਬਿੱਲੀ ਥੈਲਿਓਂ ਬਾਹਰ ਆ ਗਈ, ਇਹ ਕਾਂਗਰਸੀ ਸੀ ਅਸਲ ਵਿੱਚ ਪਹਿਲਾਂ ਤੋਂ ਹੀ, ਦਿਖਾਵਾ ਇਹਨਾਂ ਦਾ ਮਖੌਟਾ ਹੋਰ ਸੀ, ਅੰਦਰੋਂ ਕਾਂਗਰਸੀ ਸੀ। ਇਹਨਾਂ ਨੇ ਕਾਂਗਰਸ ਦੀ ਮਦਦ ਕੀਤੀ, ਬਿੱਟੂ ਦੀ ਮਦਦ ਕੀਤੀ 2 ਵਾਰ। ਲੋਕ ਸਭਾ ਇਲੈਕਸ਼ਨ 2014 ਦੇ ਵਿੱਚ ਇਹਨਾਂ ਨੇ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ, ਫਿਰ ਇਹਨਾਂ ਨੇ 2019 ਦੀ ਇਲੈਕਸ਼ਨ ਵਿੱਚ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ। ਇਹ ਕਹਿਣ ਨੂੰ ਅਤੇ ਦਿਖਾਉਣ ਨੂੰ ਕਾਂਗਰਸ ਵਿਰੋਧੀ ਸੀ, ਪਰ ਅੰਦਰੋਂ ਕਾਂਗਰਸ ਨਾਲ ਰਲੇ ਹੋਏ ਸੀ। ਔਰ ਕਹਿਣ ਨੂੰ ਹੀ ਹੈ ਵੀ ਇਹ ਸਿੱਖ ਹਾਂ ਅਸੀਂ, ਕਹਿਣ ਨੂੰ ਸਿੱਖ ਨੇ ਪਰ ਅੰਦਰੋਂ ਇਹ ਕਾਂਗਰਸ ਦੇ ਭਗਤ ਸੀਗੇ ਔਰ ਕਾਂਗਰਸ ਨੂੰ ਜਿਤਾਉਣ ਵਾਸਤੇ ਕੰਮ ਕਰਦੇ ਸੀ, ਅੱਜ ਕਾਂਗਰਸ ਦੇ ਵਿੱਚ ਸਿੱਧੇ ਤੌਰ 'ਤੇ ਚਲੇ ਗਏ। ਗੱਲ ਜੇਕਰ ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ ਕੀਤਾ ਗਿਆ। ਇੱਕੋ ਦਿਨ ਦੇ ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵੱਲੋਂ ਲੁਧਿਆਣਾ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ, ਜਦਕਿ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਪਹਿਲਾਂ ਹੀ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕੇ ਸਨ। ਰਾਜਾ ਵੜਿੰਗ ਨੇ ਵੀ ਆਖਿਆ ਬੈਂਸ ਭਰਾ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ, ਉਹਨਾਂ ਦੀ ਸ਼ਮੂਲੀਅਤ ਦੇ ਨਾਲ ਸਾਨੂੰ ਮਜ਼ਬੂਤੀ ਮਿਲੀ ਹੈ ਅਤੇ ਅਸੀਂ ਬੈਂਸ ਭਰਾਵਾਂ ਦਾ ਆਪਣੀ ਪਾਰਟੀ ਦੇ ਵਿੱਚ ਸਵਾਗਤ ਕਰਦੇ ਹਾਂ। ਹਾਲਾਂਕਿ ਕਾਗਜ਼ ਦਾਖਲ ਕਰਨ ਵੇਲੇ ਰਾਜਾ ਵੜਿੰਗ ਦੇ ਨਾਲ ਬੈਂਸ ਭਰਾ ਮੌਜੂਦ ਨਹੀਂ ਸਨ, ਜਦਕਿ ਮੰਨਿਆ ਜਾ ਰਿਹਾ ਸੀ ਕਿ ਉਹਨਾਂ ਦੇ ਵੱਲੋਂ ਰਾਜਾ ਵੜਿੰਗ ਦੇ ਨਾਲ ਕਾਗਜ਼ ਦਾਖਲ ਕਰਵਾਏ ਜਾ ਸਕਦੇ ਨੇ। ਹਾਂ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜ਼ਰੂਰ ਰਾਜਾ ਵੜਿੰਗ ਦੇ ਪਰਿਵਾਰ ਦੇ ਨਾਲ ਇਸ ਮੌਕੇ ਮੌਜੂਦ ਰਹੇ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਰਾਜਾ ਵੜਿੰਗ ਨੇ ਆਖਿਆ ਕਿ ਲੁਧਿਆਣੇ ਤੋਂ ਜੇਕਰ ਮੈਂ ਸੰਸਦ ਮੈਂਬਰ ਬਣ ਕੇ ਪਾਰਲੀਮੈਂਟ ਦੇ ਵਿੱਚ ਜਾਂਦਾ ਹਾਂ ਤਾਂ ਵੱਡੇ ਪੁੱਧਰ 'ਤੇ ਗੈਂਗਸਟਰਾਂ ਦਾ ਮੁੱਦਾ ਮੈਂ ਸੰਸਦ ਦੇ ਵਿੱਚ ਚੁੱਕਾਂਗਾ ਅਤੇ ਸਿੱਧੂ ਮੂਸੇਵਾਲੇ ਨੂੰ ਵੀ ਇਨਸਾਫ ਦਿਵਾਉਣ ਲਈ ਆਵਾਜ਼ ਪਾਰਲੀਮੈਂਟ ਦੇ ਵਿੱਚ ਮੈਂ ਚੁੱਕਾਂਗਾ। ਰਾਜਾ ਵੜਿੰਗ ਨੇ ਇਹ ਗੱਲ ਆਖੀ ਹੈ। ਗੱਲ ਜੇਕਰ ਬੈਂਸ ਭਰਾਵਾਂ ਦੀ ਕੀਤੀ ਜਾਵੇ ਤਾਂ ਪਿਛਲੀਆਂ ਜੋ 2 ਲੋਕ ਸਭਾ ਚੋਣਾਂ ਨੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ
गिणती दे विच वोट हासिल करन दा काम सिमरजीत सिंह बैंस दे वल्लों कीता गया सी। इत्थों तक कि 2019 दी लोकसभा चोण दे विच तां सारियां वड्डियां सियासी पार्टियां नूं पछाड़दिआं दूजे नंबर ते आ गए सन सिमरजीत सिंह बैंस। उन्हां दे वल्लों रवनीत बिट्टू नूं बड़ी कड़ी टक्कर दित्ती गई सी। बिट्टू नूं वोट पई सी 383,795 जेकर विकीपीडिया दे अंकड़ियां ते झात मारी जावे तां। दूजे नंबर ते सिमरजीत सिंह बैंस रहे सन 307,423 उन्हां नूं वोटां मिलियां सन। अकाली दल भाजपा तीजे नंबर ते सी। महेश इंद्र सिंह गरेवाल चोणां लड़े सन 2,99,000 तों वध वोटां उन्हां नूं वी पईआं सन। आप दी जेकर गल करिए आप दा ज़्यादा बोलबाला 2019 दीआं चोणां दे विच नहीं सी। उन्हां दी जमानत जब्त हो गई सी सिर्फ 1.5% दे करीब 15,000 दे करीब वोट ही सिर्फ आप नूं मिली सी। पर इस वेले आम आदमी पार्टी दी सरकार है 92 विधायकां दे नाल पंजाब दे विच। इहदा मतलब है मुकाबला बहुत जबरदस्त होवेगा। चार कोना मुकाबला इसनूं मन्निया जा रहा है क्योंकि भाजपा भी इस वेले मैदान दे विच है। भाजपा ते अकाली दल दा गठजोड़ टुट गया है। रवनीत बिट्टू उम्मीदवार बन गए ने भाजपा दे वल्लों। प्रधान उतार दिता है मैदान दे विच कांग्रेस पार्टी ने। राजा वड़िंग नूं रणजीत ढिल्लों अकाली दल दा वी पिंडां दे विच काफ़ी बोलबाला मन्निया जांदा है। आम आदमी पार्टी दे वल्लों पप्पी पराशर उम्मीदवार हन। सिमरजीत सिंह बैंस कांग्रेस पार्टी दे विच शामिल हो गए ने। तकड़ा मुकाबला वेखण नूं मिल सकता है। 2014 दे विच वी 2 लाख तों वध वोटां हासिल कीतियां गईयां सन सिमरजीत सिंह बैंस दे वल्लों जदके उदों आम आदमी पार्टी भी वक्री तरह मैदान दे विच पूरी तरह मैदान दे विच सी। हरविंदर सिंह फूलका उस वेले उम्मीदवार सन आते उन्होंने टक्कर दिती सी रवनीत सिंह बिट्टू नूं। 3 लाख वोट मिली सी रवनीत बिट्टू नूं। हरविंदर सिंह फूलका 2,60,000, मनप्रीत सिंह अयाली अकाली दल दे वल्लों सन 2,56,000 आते 2,10,000 तों वध वोट सिमरजीत सिंह बैंस नूं मिली सी। इस तरीके नाल उन्हां दे वल्लों हर वार वड्डे पद्धर ते वोटां हासिल कीतियां जांदियां रहियां ने। पर इस वार उन्हां दा की बनेगा क्योंकि 2022 दीआं विधानसभा दे विच चोणां दे विच उन्हां नूं बहुत घट वोटां मिलियां सन। तीजे नंबर ते सिमरजीत सिंह बैंस पहुंच गए सन। की बैंसां दी राजनीति लुधियाणे दे विच उह खत्म हो चुकी है कि जां फिर कांग्रेस पार्टी दे उम्मीदवार राजा वड़िंग लई बैंस भरा इक वरदान साबित होणगे क्योंकि पहलां चर्चा चली सी क्योंकि जलंधर की उप चोण दे विच बैंसां दे वल्लों भाजपा दा समर्थन किया गया सी। इस करके इन्हां लोकसभा चोणां दे विच वी चर्चा चली कि लुधियाणा तो भाजपा दे विच शामिल हो के लुधियाणा तो सिमरजीत सिंह बैंस भाजपा दे उम्मीदवार बन सकते ने। बिट्टू शामिल हो गए भाजपा दे विच, बैंस दी चर्चा खत्म हो गई। फिर चर्चा चली ओह कांग्रेस पार्टी दे विच शामिल हो के कांग्रेस दे वल्लों उम्मीदवार बन सकते ने। पर लुधियाणा दी लोकल कांग्रेस दी लीडरशिप ने रौला पा दिता, बाहरी बंदे नूं उम्मीदवार ना बनायो, अपनी पार्टी का ही कैंडीडेट चाहिए है। इस करके कांग्रेस दे वल्लों भी उम्मीदवारी खत्म हो गई, चर्चा खत्म हो गई। राजा वड़िंग उम्मीदवार बन गए कांग्रेस पार्टी वल्लों। हुण बैंस कांग्रेस पार्टी दे विच शामिल हो गए ने। राय इत्थे असीं तुहाडी वी जान लेना चाहुंदे आ कि बैंस भरावां दी कांग्रेस दे विच शमूलीयत दे नाल की तुहानूं लगदा है कि लुधियाणे दे विच कांग्रेस पार्टी नूं बहुत ज़्यादा फायदा मिलेगा, किन्ना क फायदा मिलेगा। इस बारे जो भी तुसी कहना चाहते हो कमेंट करके अपनी राय जरूर दिओ। जेकर इस तरह ही हर खबर नूं निरपक्षता नाल वेखदे रहना चाहते हो तो यूट्यूब ते पंजाब टीवी दे चैनल नूं सबसक्राइब कर लो, फेसबुक ते पेज लाइक कर लो। मैं जज सिंह चाहल अगली बार फिर हाजिर होवांगा। तुसी देखदे रहो पंजाब टीवी, हर खबर का सच।